स्मरण करो चित स्मरण करो नैन अवलोकन सरवन बानी सुजस पूर रखो तेरी प्रीत नहीं सी मिलदी
들었구나. 잘 읽는다. 샤브다네. 그루나니 파티샤지다스노. 그게 그라이브치게. 샤브디 쪼노비 메헤라나쿠나. 이니리 샤브디 쪼노네이. 카야알 쪼노. एग्जाम्पल चोन भी देख के हैरान होना हम चार लफज बचते ने इन तुसी सदागन काव रचना आखोगे कोई शायर कोई सदागन कवि अपनी कविता रचन लगिया एवदियां छोटियां छोटियां ते डूंगियां चीजां का ख्याल रख सकदा है चार लफ्ज़ ने और लफ्ज़ की ने दिल दरवानी दरवेशी दिलरास दिल दरवानी ते दिलरास दी कहानी ਦਾ ਸੰਬੰਧ ਹੈ ਗੁਰਬਾਣੀ ਜਿਉਂ ਜਿਉਂ ਸਮਝਾ ਕੇ ਬੜਾ ਸਾਥ ਇਹ ਆਪਣੀ ਕਿਸਮ ਦੀ ਕਹਾਣੀ ਹੈ ਕਹਿਣ ਲੱਗੇ ਦਿਲ ਦੀ ਦਰਵਾਨੀ ਬਿਨਾ ਦਿਲ ਰਾਸ ਨਹੀਂ ਹੁੰਦਾ ਸਫਲ ਨਹੀਂ ਰਾਸ ਦਾ ਮਤਲਬ ਕੀ ਹੁੰਦਾ ਰਾਸ ਹੋਣ ਆਪਾਂ ਕਹਿੰਦੇ ਪੁਰਾਣੇ ਦਾ ਕੰਮ ਰਾਸ ਹੋ ਗਿਆ ਹੈ ਰਾਸ ਦਾ ਅਰਥ ਸਫਲ ਹੋ ਜਾਣਾ ਪੂਰਾ ਹੋ ਜਾਣਾ ਬਹੁਤ ਸਾਰੇ ਲੋਕ ਨੇ ਸੰਸਾਰ ਦੇ ਦਿਲ ਹਰ ਇੱਕ ਨੂੰ ਹੀ ਮਿਲੇ ਨੇ ਦੁਨੀਆਂ ਦੇ ਹਰ ਮਨੁੱਖ ਕੋਲ ਦਿਲ ਹੈ ਤੇ ਦਿਲ ਦੇ ਸਹਾਰੇ ਮਨੁੱਖ ਜੀਵਨ ਜੀਉ ਰਿਹਾ ਹੈ ਦਿਲ ਹੀ ਦੁੱਖ ਤੇ ਸੁੱਖ ਦਾ ਅਨੁਭਵ ਕਰਦਾ ਹੈ ਜੇ ਦੁੱਖ ਆਉਂਦਾ ਹੈ ਤਾਂ ਦਿਲ ਦੁਖੀ ਹੁੰਦਾ ਹੈ ਆਪਾਂ ਆਖਦੇ ਹਾਂ ਮੇਰਾ ਦਿਲ ਦੁਖੀ ਹੈ ਜੇ ਸੁੱਖ ਦਾ ਅਨੁਭਵ ਕਰਦਾ ਤਾਂ ਦਿਲ ਸੁਖੀ ਹੁੰਦਾ ਜ਼ਰਾ ਕਲੇਸ਼ ਹੋ ਜਾਏ ਦਿਲ ਦੁਖੀ ਹੁੰਦਾ ਹੈ ਜ਼ਰਾ ਸੁੱਖ ਦਾ ਕੋਈ ਖੁਸ਼ੀ ਦਾ ਕੋਈ ਮੈਸੇਜ ਮਿਲ ਜਾਏ ਦਿਲ ਖੁਸ਼ ਹੋ ਜਾਂਦਾ ਦਿਲ ਦਾ ਵਾਤਾਵਰਨ ਬਦਲਦਾ ਰਹਿੰਦਾ ਹੈ ਇਹੋ ਕਾਰਨ ਹੈ ਦਿਲ ਅਸਫਲ ਹੋ ਜਾਣਾ ਤੇ ਸਫਲ ਹੋ ਜਾਣਾ ਦੋਨੋਂ ਗੱਲਾਂ ਹੀ ਇਹਦੇ ਨਾਲ ਮੇਲ ਖਾਂਦੀਆਂ ਨੇ ਇਹਦਾ ਮਤਲਬ ਹੱਲ ਨਾ ਹੋਵੇ ਦਿਲ ਦੁਖੀ ਹੋਵੇਗਾ ਸਮਝੇਗਾ ਅਸਫਲ ਹੋ ਗਿਆ ਤੇ ਜਦੋਂ ਇਸ ਦੇ ਮਤਲਬ ਦੀ ਕੋਈ ਖੁਸ਼ੀ ਇਸ ਨੂੰ ਅਨੁਭਵ ਹੋਏਗੀ ਮਹਿਸੂਸ ਹੋਏਗੀ ਦਿਲ ਖੁਸ਼ ਹੋਏਗਾ ਅਸਫਲ ਹੋ ਗਿਆ ਇੱਥੇ ਇੱਕ ਲਫ਼ਜ਼ ਵਰਤਿਆ ਨੇ ਦਿਲ ਰਾਸ ਦਿਲ ਦੀ ਸਫਲਤਾ ਪਰ ਨਾਲ ਇੱਕ ਲਫ਼ਜ਼ ਵਰਤ ਦਿੱਤਾ ਨੇ ਦਰਵੇਸ਼ੀ ਦਰਵੇਸ਼ੀ ਕਹਿੰਦੇ ਨੇ ਫਕੀਰੀ ਨੂੰ ਅਸਲ ਮਾਇਨੇ ਵਿੱਚ ਸਾਧੂ ਜਿੰਦੀ ਆਪਣੀ ਕੋਈ ਲੋੜ ਨਾ ਰਹੇ ਕਿਉਂਕਿ ਸਾਡਾ ਦੁਖਾਂਤ ਦਿਲ ਦਾ ਇਹ ਹੈ ਕਿ ਦਿਲ ਦੀਆਂ ਬੜੀਆਂ ਲੋੜਾਂ ਨੇ ਬੜੀਆਂ ਚਿਤਵਨੀਆਂ ਨੇ ਉਹ ਸਾਰੀਆਂ ਦਿਲ ਦੀਆਂ ਚਿਤਵਨੀਆਂ ਪੂਰੀਆਂ ਨਹੀਂ ਹੋ ਰਹੀਆਂ ਅਸੀਂ ਆਖਦੇ ਹਾਂ ਦਿਲ ਹਰਾਸ ਨਹੀਂ ਸਫਲ ਨਹੀਂ ਹੋਇਆ ਬੜਾ ਕੁਝ ਸੋਚਿਆ ਸੀ ਦਿਲ ਵਿੱਚ ਬੜਾ ਕੁਝ ਸੋਚਿਆ ਸੀ ਆਹ ਕਰ ਲਓ ਉਹ ਕਰ ਲਓ
सारियां चितवनियां सफल नहीं होनिया, इसलिए मेरा मतलब है मेरा दिल का ख्याल सफल नहीं होया, रास नहीं होया। हुण दरवेशी का दिल रास क्यों है? लो इत्थे लफ़्ज़ ने, इत्थे लफ़्ज़ ने दरवेशी दिल रास। हुण दरवेशी का दिल रास क्यों? क्योंकि उहदी चितवनी कोई नहीं, ਉਹਨੇ ਕਦੀ ਮਨ ਅੰਦਰ ਇੱਛਾ ਹੀ ਨਹੀਂ ਪ੍ਰਗਟ ਕੀਤੀ, ਉਹਦੇ ਦਿਲ ਦੀ ਕੋਈ ਇੱਛਾ ਹੀ ਨਹੀਂ, ਤੇ ਜਿਹਦੀ ਇੱਛਾ ਕੋਈ ਨਹੀਂ ਉਹ ਰਾਸ ਹੀ ਰਾਸ ਹੈ। ਅਸਫਲਤਾ ਉਹੀ ਆਖੇਗਾ ਨਾ, ਜਿਹਦੀ ਕੋਈ ਇੱਛਾ ਹੋਵੇਗੀ ਤੇ ਉਹ ਇੱਛਾ ਨਹੀਂ ਪੂਰੀ ਹੋਏਗੀ, ਫਿਰ ਉਹ ਆਖੇਗਾ ਮੈਂ ਰਾਸ ਨਹੀਂ, ਸਫਲ ਨਹੀਂ ਹੋਇਆ। ਹੁਣ ਦਰਵੇਸ਼ ਉਹਨੂੰ ਕਹਿੰਦੇ ਨੇ ਜਿਹਦੀ ਕੋਈ ਇੱਛਾ ਨਾ ਰਹੇ। ਦਰਵੇਸ਼ੀ ਦੀ ਵਿਆਖਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਬੜੀ ਕੀਤੀ ਹੈ। ਇਹਦੇ ਵੀ ਸ਼ਬਦ ਦਾ ਜਿਹੜੀ ਪਹਿਲੀ ਲਾਈਨ ਹੈ ਨਾ, ਉਹ ਬੜੀ ਖੂਬਸੂਰਤ ਹੈ ਦੇਖਣ ਵਾਲੀ। ਕਹਿਣ ਲੱਗੇ ਹੁਕਮ ਰਜਾਈ ਸਾਖਤੀ, ਹੁਕਮ ਰਜਾਈ ਸਾਖਤੀ, ਹੁਕਮ ਵਿੱਚ ਆਗਿਆ ਵਿੱਚ ਰਹਿਣ ਦਾ ਸੁਭਾਅ ਬਣਾ ਲਿਆ। ਤੇਰੀ ਮਰਜ਼ੀ ਜਿਵੇਂ ਮਰਜ਼ੀ ਰੱਖ ਲੈ, ਮੇਰੀ ਤੇ ਦਿਲ ਦੀ ਮਰਜ਼ੀ ਕੋਈ ਨਹੀਂ। ਜੇ ਸੁੱਖ ਦੇ ਤਾਂ ਤੁਝੇ ਰਾਧੀ, ਦੁੱਖ ਵੀ ਤੁਝੇ ਦਿਹਾਈ। ਦਰਵੇਸ਼ ਦੀ ਵਿਆਖਿਆ, ਦਰਵੇਸ਼ ਉਸਨੂੰ ਫਕੀਰ ਨੂੰ ਕਹਿੰਦੇ ਨੇ, ਕਹਿਣ ਲੱਗੇ ਜੇ ਸੁੱਖ ਦੇ ਤਾਂ ਤੁਝੇ ਆਰਾਧੀ, ਦੁੱਖ ਵੀ ਤੁਝੇ ਦਿਹਾਈ। ਜੇ ਭੁੱਖ ਦੇ ਤਾਂ ਇੱਤ ਹੀ ਰਾਜਾਂ, ਦੁੱਖ ਵਿੱਚ ਸੁੱਖ ਮਨਾਈ। ਦਰਵੇਸ਼ੀ ਬਲਕਿ ਇੱਥੋਂ ਤੱਕ ਗੁਰੂ ਨੇ ਆਖ ਦਿੱਤਾ, ਲੋਕ ਦਰਵੇਸ਼ ਬਣੇ ਫਿਰਦੇ ਨੇ ਫਕੀਰਾਂ ਵਾਲੇ ਚੋਲੇ ਪਾ ਕੇ, ਸਾਧਾ ਵਾਲਾ ਲਿਬਾਸ ਬਣਾ ਕੇ, ਪਰ ਉਹਨਾਂ ਨੂੰ ਪਤਾ ਹੀ ਨਹੀਂ ਦਰਵੇਸ਼ੀ ਹੁੰਦੀ ਕੀ ਹੈ। ਗੁਰੂ ਨੇ ਬਾਣੀ ਵਿੱਚ ਆਖਿਆ ਦਰਵੇਸ਼ੀ ਕੋ ਜਾਣ ਸੀ, ਕੋਈ ਜਾਣੇਗਾ ਕੋਈ ਸਮਝੇਗਾ ਦਰਵੇਸ਼ੀ ਕੀ ਹੁੰਦੀ ਹੈ। ਤਾਂ ਹੀ ਉਹ ਬਿਰਲਾ ਦਰਵੇਸ਼ ਬਣੇਗਾ। ਇਹ ਤਾਂ ਸੰਤਾਂ ਦੀਆਂ, ਸਾਧਾਂ ਦੀਆਂ, ਦਰਵੇਸ਼ਾਂ ਦੀਆਂ, ਫਕੀਰਾਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਨੇ। ਬਿਲਕੁਲ ਪੁੱਛੋ ਦਰਵੇਸ਼ ਕੌਣ ਹੁੰਦਾ ਹੈ? ਇੱਕ ਵਾਰੀ ਗੱਲ ਕੀਤੀ ਸੀ, ਸਭ ਤੋਂ ਚੰਗੀ ਗੱਲ ਹੈ ਕਿ ਹਰ ਇੱਕ ਚੀਜ਼ ਨੂੰ ਅਪਣਾਉਣ ਤੋਂ ਪਹਿਲਾਂ ਸਾਡੇ ਕੋਲ ਕੋਈ ਪਰਖਣ ਲਈ ਕਸਵੱਟੀ ਹੋਵੇ। ਸੋਨਾ ਥੋੜ੍ਹਾ ਜਿਹਾ ਕੀਮਤੀ ਲੈ ਕੇ ਜਾਓ ਹੰਗਾ ਨਾ ਕਿਸੇ ਸੁਨਾਰ ਕੋਲ ਵੇਚਣ ਵਾਸਤੇ। ਸਭ ਤੋਂ ਪਹਿਲਾਂ ਤੁਹਾਡਾ ਗਹਿਣਾ ਵੇਖ ਕੇ ਭਾਵੇਂ ਭਾਵੇਂ ਤੁਹਾਡੇ ਕੋਲ ਉਸੇ ਕੋਲ ਬਣਿਆ ਹੋਵੇ, ਤੁਹਾਡੇ ਅਮੀਰੀ ਤੇ ਵੀ ਉਸਨੂੰ ਸ਼ੱਕ ਹੋਵੇ ਨਾ ਹੋਵੇ, ਐਸੀ ਗੱਲ ਵੀ ਨਹੀਂ ਵੀ ਤੁਹਾਡੇ ਤੇ ਉਹ ਸ਼ੱਕ ਕਰ ਰਿਹਾ, ਬਿਲਕੁਲ ਨਹੀਂ। ਪਰ ਗਹਿਣੇ ਨੂੰ ਇੱਕ ਪੱਥਰ ਦੀ ਵੱਟੀ ਉਹਦੇ ਕੋਲ ਹੈ, ਉਹ ਚੁੱਕਦਾ ਹੈ, ਉਹਨੂੰ ਕਸਾਉਂਦਾ ਹੈ, ਤੇ ਆਪਣੇ ਕੋਲ ਕਿਸੇ ਪਏ ਹੋਏ ਸ਼ੁੱਧ ਗਹਿਣੇ ਨੂੰ ਵੀ ਨਾਲ ਕਸਾਉਂਦਾ, ਦੋਹਾਂ ਦਾ ਰੰਗ ਵੇਖ ਲੈਂਦਾ, ਤੇ ਰੰਗ ਵੇਖਦਿਆਂ ਅੰਦਾਜ਼ਾ ਲਗਾ ਲੈਂਦਾ ਕਿ ਇਸ ਗਹਿਣੇ ਵਿੱਚ ਕਿੰਨੀ ਖੋਟ ਹੈ, ਕਿੰਨੀ ਮਿਲਾਵਟ ਹੈ। ਰੋਜ਼ਾਨਾ ਦੇਖਣੀ, ਤੁਸੀਂ ਰੋਜ਼ਾਨਾ ਦੇਖਦੇ ਹੋ, ਕਸਵੱਟੀ ਹੈ ਨਾ, ਲੇਕਿਨ ਕਿਹੜੀ ਅਜੀਬ ਗੱਲ ਹੈ, ਅਸੀਂ ਆਪਣਾ ਜੀਵ ਭੇਟ ਕਰ ਰਹੇ ਹਾਂ। ਜੀਵਨ ਦੇ ਉਹ ਲਮਹਾ, ਉਹ ਸਵਾਸ, ਉਹ ਕੀਮਤੀ ਦਿਨ ਮਹੀਨੇ, ਜੀਵਨ ਜਿਸ ਦਰਵੇਸ਼ ਨੂੰ, ਜਿਸ ਸਾਧੂ ਦੇ ਲਿਬਾਸ ਨੂੰ ਵੇਖ ਕੇ ਅਸੀਂ ਉਹਦੇ ਅੱਗੇ ਸਮਰਪਣ ਕਰ ਰਹੇ ਹਾਂ, ਉਹਨੂੰ ਪਰਖਣ ਲਈ ਸਾਡੇ ਕੋਲ ਕਸਵੱਟੀ ਕੋਈ ਨਹੀਂ, ਕੋਈ ਕਸਵੱਟੀ ਨਹੀਂ।
ਇੱਕ ਸੀ ਕਸਵੱਤੀ ਉਹ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਉਹਨੂੰ ਅਸੀਂ ਕੋਲ ਹੀ ਨਹੀਂ ਰੱਖਿਆ ਹੋਇਆ ਜੀਵਨ ਦੀ ਸਫਲਤਾ ਦਾ ਰਾਜ਼ ਇੱਕੋ ਗੱਲ ਵਿੱਚ ਹੈ ਕਿ ਜੀਵਨ ਅੰਦਰ ਜੋ ਚੀਜ਼ ਅਪਣਾਓ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਲੋਂ ਪੁੱਛ ਲਓ ਐਸੇ ਦਾ ਨਾਮ ਮਰਿਆਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਲੋਂ ਪੁੱਛ ਲਓ ਕਸਵੱਟੀ ਹੈ ਲੋਕ ਕਿਸੇ ਫਕੀਰ ਨੂੰ ਦਰਵੇਸ਼ ਨੂੰ ਮੈਂ ਉਸ ਪਾਸੇ ਜਾਣਾ ਚਾਹੁੰਦਾ ਕਿਸੇ ਫਕੀਰ ਨੂੰ ਕਿਸੇ ਸਾਧ ਸੰਤ ਦਰਵੇਸ਼ ਨੂੰ ਜੀਓ ਅਰਪਣ ਕਰਨਾ ਹੋਵੇ ਘੱਟ ਲੱਖਾਂ ਲੋਕ ਨੇ ਕੀਤੇ ਹੋਏ ਉਹਨਾਂ ਦੀ ਵੈਲਿਊ ਹੀ ਉਹਨਾਂ ਲੋਕਾਂ ਦੀ ਕਰਕੇ ਪਰ ਕਸੌਟੀ ਕੋਈ ਨਹੀਂ ਗੁਰੂ ਨੂੰ ਇੱਕ ਗੱਲ ਕਹਿਣੀ ਪਈ ਲੱਗੇ ਕਿਤੇ ਇੰਨਾ ਸਮਝ ਲਈ ਜਿਹਨੇ ਵਿਆਹ ਨਹੀਂ ਕਰਾਇਆ ਭਿਅੰਗ ਮਰਿਆ ਗਿਆ ਡੇਰਿਆਂ ਵਿੱਚ ਬੈਠਾ ਹੈ ਘਰ ਘਰ ਤੋਂ ਉਹਦੇ ਲਈ ਰੋਟੀ ਆ ਜਾਂਦੀ ਉਹ ਖਾਂਦਾ ਕਹਿਣ ਲੱਗੇ ਉਹਦਾ ਮਤਲਬ ਹੀ ਦਰਵੇਸ਼ ਨਹੀਂ ਉਹ ਤਾਂ ਤਰਕਾਰ ਹੈ ਬਣ ਕਰ ਹੀ ਕਹਿੰਦੇ ਨੇ ਉਹ ਜੀਵਨ ਤਾਂ ਤਰਕਾਰ ਹੈ ਜਿਹੜਾ ਆਪਣੀ ਰੋਜ਼ੀ ਕਮਾ ਕੇ ਨਹੀਂ ਖਾ ਸਕਦਾ ਕਿਸੇ ਦੀ ਉਡੀਕ ਕਰ ਰਿਹਾ ਕੋਈ ਮੇਰੇ ਲਈ ਪ੍ਰਸ਼ਾਦਾ ਲਿਆ ਹੋਵੇ ਤੇ ਮੱਛਾ ਕੰਮ ਗੁਰਬਾਣੀ ਆਖਦੀ ਪਰਿਭਾਸ਼ਾ ਗੁਰੂ ਕੋਲ ਪੁੱਛ ਦਰਵੇਸ਼ ਕੌਣ ਹੁੰਦਾ ਜੀ ਕੌਣ ਹੁੰਦਾ ਗੁਰੂ ਬੜਾ ਖੂਬਸੂਰਤ ਜਵਾਬ ਦਿੰਦੇ ਨੇ ਐਗਜ਼ਾਂਪਲ ਦਿੰਦੇ ਨੇ ਕਹਿੰਦੇ ਨੇ ਸਾਹਿਬ ਦੀ ਕਰ ਚਾਕਰੀ ਲੈ ਦਰਵੇਸ਼ ਪੜ੍ਹਨਾ ਹੀ ਗੱਲ ਦਿਲ ਤੇ ਦਿਲ ਦੀ ਭਰਾਂਤ ਦਿਲ ਦੀਆਂ ਇੱਛਾਵਾਂ ਸਾਰੀਆਂ ਸੁੱਟ ਦੇ ਸਾਹਿਬ ਦੀ ਕਰ ਚਾਕਰੀ ਦਿਲ ਦੀ ਲਾਹੇ ਭਰਾਂਤ ਦਰਵੇਸ਼ਾਂ ਨੂੰ ਲੋੜੀਏ ਲੈ ਮੈਂ ਤੈਨੂੰ ਸਮਝਾਵਾਂ ਦਰਵੇਸ਼ੀ ਕੀ ਸਾਧ ਕਿਵੇਂ ਬਣਿਆ ਜਾਂਦਾ ਡੇਰੇ ਵਿੱਚ ਰਹਿ ਕੇ ਸਾਧ ਨਹੀਂ ਬਣਿਆ ਜਾਂਦਾ ਵੇਸ ਕੱਪੜੇ ਬਦਲਣ ਨਾਲ ਸਾਧ ਨਹੀਂ ਅਖਵਾਈਦਾ ਗੁਰੂ ਕੋਲੋਂ ਪੁੱਛ ਸਾਹਿਬ ਦਾ ਚਾਕਰ ਬਣ ਇੱਕ ਮਾਲਕ ਦਾ ਗੁਲਾਮ ਹੋ ਦਿਲ ਦੀ ਲਾਹੇ ਭਰਾ ਮਨ ਦੀਆਂ ਇੱਛਾ ਦਿਲ ਦੀਆਂ ਸਾਰੀਆਂ ਖਤਮ ਕਰ ਦੇ ਅਗਲੇ ਪਾਸੇ ਇੱਕ ਲਫ਼ਜ਼ ਐਗਜ਼ਾਂਪਲ ਨੇ ਕਹਿਣ ਲੱਗੇ ਦਰਵੇਸ਼ਾਂ ਨੂੰ ਲੋੜੀਏ ਦਰਵੇਸ਼ਾਂ ਨੂੰ ਕੀ ਚਾਹੀਦਾ ਹੈ ਉਹ ਦਰਵੇਸ਼ ਕਿਹੋ ਜਿਹਾ ਹੋਣਾ ਚਾਹੀਦਾ ਹੈ ਅਜੇ ਮੈਂ ਸ਼ਬਦ ਦੀ ਆਉਣ ਵਾਲਾ ਇਹਨਾਂ ਵੱਲ ਨਹੀਂ ਹੋ ਰਿਹਾ ਮੈਂ ਚਾਹੁੰਦਾ ਪਹਿਲਾਂ ਦਰਵੇਸ਼ ਬਦਲ ਕਹਿਣ ਲੱਗੇ ਮੈਂ ਤੈਨੂੰ ਦੱਸਾਂ ਦਰਵੇਸ਼ ਕਿਹੋ ਜਿਹਾ ਹੋਣਾ ਚਾਹੀਦਾ ਦਰਵੇਸ਼ਾਂ ਨੂੰ ਲੋੜੀਏ ਕਿਹੋ ਜਿਹਾ ਰੁੱਖਾਂ ਦੀ ਜੀਰਾਂਦ ਦਰਖਤ ਵਰਗਾ ਤੇ ਦਰਖਤ ਵੀ ਕਿਸੇ ਬਾਗ ਦਾ ਨਹੀਂ ਕਿਸੇ ਜੰਗਲ ਦਾ ਕਿਸੇ ਬੀਬਾਨ ਦਾ ਕਿਸੇ ਮਾਨਤਾ ਦਾ ਇਕੱਲਾ ਖਲੋਤਾ ਧੁੱਪ ਵੀ ਸਹਿ ਰਿਹਾ ਸਰਦੀ ਵੀ ਸਹਿ ਰਿਹਾ ਦੂਜਿਆਂ ਨੂੰ ਛਾਂ ਵੀ ਦਿੰਦਾ ਫਲ ਵੀ ਦਿੰਦਾ ਤੇ ਜਦੋਂ ਮਰ ਵੀ ਜਾਏ ਨਾ ਦਰਖਤ ਟੁੱਟ ਵੀ ਜਾਏ ਉਦੋਂ ਦੀ ਲੱਕੜ ਵੀ ਕੰਮ ਆਉਂਦੀ ਹੈ ਮਨੁੱਖਤਾ ਦੇ ਕਿਸ
ਇਸੇ ਲਈ ਜੀਵਨ ਸਮਰਪਿਤ ਕਰਦਾ ਹੈ ਕਿ ਮੰਗਦਾ ਕੁਝ ਨਹੀਂ, ਮੰਗਦਾ ਕੁਝ ਨਹੀਂ। ਮੈਂ ਗੱਲ ਕੀਤੀ ਸੀ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਬੜੀ ਖੂਬਸੂਰਤ ਗੱਲ ਆਖੀ, ਕਹਿਣ ਲੱਗੇ ਉਹ ਧਰਤੀ ਦੇ ਤੰਗ ਦਿਲ ਲੋਕੋ ਅਸਾਂ ਨਾਲ ਕਿਉਂ ਲੜਦੇ, ਬੜੇ ਛੋਟੇ ਦਿਲ ਵਾਲੇ ਉਹ ਲੋਕੋ, ਤੁਸੀਂ ਸਾਡਾ ਵੀ ਲਿਹਾਜ਼ ਨਹੀਂ ਕਰਦੇ, ਸਾਡੇ ਨਾਲ ਵੀ ਤੁਹਾਡੀ ਕੋਈ ਐਡਜਸਟਮੈਂਟ ਨਹੀਂ, ਅਸੀਂ ਤਾਂ ਤੁਹਾਡੇ ਕੋਲੋਂ ਕੁਝ ਮੰਗਿਆ ਹੀ ਨਹੀਂ, ਤੁਸੀਂ ਇੰਨੀਆਂ ਇੰਨੀਆਂ ਧਰਤੀਆਂ ਖਰੀਦ ਕੇ ਮੱਲਾਂ ਮਾਰੀ ਬੈਠੇ ਹੋ, ਅਸੀਂ 2-3 ਫੁੱਟ ਵਿੱਚ ਆਪਣੀ ਜੜ ਲਾ ਕੇ ਖਲੋਤੇ ਹਾਂ ਅਤੇ 2-3 ਫੁੱਟ ਜੜ ਲਾ ਕੇ 100 ਫੁੱਟ ਦੀ ਛਾਂ ਦਿੰਦੇ ਹਾਂ, ਅਸੀਂ ਤੁਹਾਡਾ ਕੀ ਗੁਆਇਆ, 2-3 ਫੁੱਟ ਦਾ ਠਿਕਾਣਾ ਮੱਲ ਕੇ ਬੈਠੇ ਹਾਂ, 100 ਫੁੱਟ ਦੀ ਛਾਂ ਦਿੰਦੇ ਹਾਂ ਅਤੇ ਤੁਸੀਂ ਫਿਰ ਵੀ ਮੋਢੇ 'ਤੇ ਕੁਹਾੜਾ ਚੁੱਕ ਲੈਂਦੇ ਹੋ, ਸਾਡੀ ਉਹ 2 ਫੁੱਟ ਥਾਂ ਵੀ ਤੁਹਾਡੇ ਕੋਲੋਂ ਬਰਦਾਸ਼ਤ ਨਹੀਂ ਹੁੰਦੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਐਸੇ ਐਸੇ ਸਬਜੈਕਟ ਨੇ ਜਿਹਨਾਂ ਨੂੰ ਸਮਝਣਾ ਹੈ। ਕਹਿਣ ਲੱਗੇ ਦਰਵੇਸ਼ਾਂ ਨੂੰ ਲੋੜੀਏ ਰੁੱਖਾਂ ਦੀ ਜੀਰਾਂ, ਰੁੱਖਾਂ ਵਰਗਾ ਹੋ। ਰੁੱਖ ਵੀ 2 ਤਰ੍ਹਾਂ ਦੇ ਨੇ। ਕਹਿਣ ਲੱਗੇ ਇੱਕ ਰੁੱਖ ਉਹ ਨੇ ਜਿਹੜੇ ਬਾਗ ਦੇ ਨੇ, ਜਿਹਨਾਂ ਸੰਸਾਰ ਦੇ ਕਿਸੇ ਮਾਲੀ ਤੇ ਆਪਣੇ ਆਪ ਨੂੰ ਨਿਰਭਰ ਕੀਤਾ ਹੈ, ਉਹ ਬਾਗ ਹੈ, ਮਾਲੀ ਬਾਗ ਦਾ ਹੁੰਦਾ ਹੈ ਤੇ ਬਾਗ ਵਿੱਚ ਉਹ ਰੁੱਖ ਲਾਉਂਦਾ ਹੈ, ਰੁੱਖਾਂ ਦੀ ਚੋਣ ਉਹ ਕਰਦਾ ਹੈ, ਉਹ ਥਾਂ ਵੀ ਉਹ ਨਿਸ਼ਚਿਤ ਕਰਦਾ ਹੈ, ਫਿਰ ਇੱਥੇ ਬਸ ਨਹੀਂ ਧਿਆਨ ਵੀ ਉਹ ਰੱਖਦਾ ਹੈ ਕਿਉਂਕਿ ਉਹਨੇ ਰੁੱਖ ਲਾਏ, ਉਹ ਦਿੰਦੇ ਪਾਣੀ ਦਿੰਦਾ ਹੈ, ਦਵਾਈਆਂ ਪਾਉਂਦਾ ਹੈ, ਫਿਰ 2-2, 4-4 ਦਿਨ ਬਾਅਦ ਆ ਕੇ ਬਾਗ ਅੰਦਰ ਦੇਖਦਾ ਹੈ ਕੋਈ ਪੱਤਾ ਕੁਮਲਾਇਆ ਤਾਂ ਨਹੀਂ, ਫਿਕਰ ਪੈ ਜਾਂਦਾ ਉਹਨੂੰ, ਉਹ ਫਿਰ ਵੀ ਕੁਮਲਾ ਜਾਂਦੇ ਨੇ, ਉਹ ਫਿਰ ਵੀ ਬਿਮਾਰ ਹੋ ਜਾਂਦੇ ਨੇ, ਫਿਰ ਉਹਨੂੰ ਦਵਾਈਆਂ ਪਾਉਣੀਆਂ ਪੈਂਦੀਆਂ ਨੇ। ਹਾਲਾਂਕਿ ਜਦੋਂ ਉਹਨੇ ਬੀਜਿਆ ਸੀ ਉਸ ਧਰਤੀ ਨੂੰ ਵੀ ਸ਼ੁੱਧ ਕੀਤਾ ਸੀ, ਉਹਦੇ 'ਤੇ ਵੀ ਦਵਾਈਆਂ ਪਾਈਆਂ ਸਨ, ਉਹਨਾਂ ਦੀ ਹੋਂਦ ਨੂੰ ਬਰਕਰਾਰ ਰੱਖਣ ਲਈ ਉਹਦੇ ਵਿੱਚ ਰੇਹ ਵੀ ਪਾਏ ਸੀ, ਮਿੱਟੀ ਵੀ ਨਰਮ ਕੀਤੀ ਸੀ। ਪਰ ਪੁੱਛ ਬਾਬਾ ਫਰੀਦ ਕੋਲੋਂ, ਕਹਿੰਦਾ ਭਰਿਆ ਜਿਹੜੇ ਦਰਖਤ ਪਹਾੜਾਂ 'ਤੇ ਹੁੰਦੇ ਨੇ ਉਹਨਾਂ ਦੇ ਥੱਲੇ ਕੋਈ ਰੇਹ ਪਾਉਂਦਾ? ਗੁਸਾਈ ਤੁਲਸੀਦਾਸ ਨੇ ਇੱਕ ਗੱਲ ਬੜੀ ਖੂਬਸੂਰਤ ਰੱਖੀ, ਤੁਸੀਂ ਦੱਸਦੇ ਲਫ਼ਜ਼ ਨੇ, ਕਹਿੰਦਾ ਤੁਲਸੀ ਬਿਰਵੇ ਬਾਗ ਕੇ, ਜਿਹੜੇ ਬਾਗ ਦੇ ਦਰਖਤ ਨੇ ਸਿੰਚਤ ਵੀ ਕੁਮਲਾ ਹੈ, ਦਿਨ ਰਾਤ ਉਹਨਾਂ ਨੂੰ ਸਿੰਜਦਾ ਹੈ, ਮਾਲੀ ਸੰਭਾਲਦਾ ਹੈ, ਉਹ ਫਿਰ ਵੀ ਕੁਮਲਾ ਜਾਂਦੇ ਨੇ। ਤੁਲਸੀ ਬਿਰਵੇ ਬਾਗ ਕੇ ਸਿੰਚਤ ਵੀ ਕੁਮਲਾ ਹੈ, ਆਰਾਮ ਭਰੋਸੇ ਜੋ ਰਹੇ ਪਰਬਤ ਪਰ ਲੈ ਰਹੇ, ਜਿਹੜੇ ਪਰਬਤਾਂ 'ਤੇ ਪਹਾੜਾਂ 'ਤੇ ਦਰਖਤ ਹੁੰਦੇ ਨੇ ਉਹਨਾਂ ਨੂੰ ਕੋਈ ਰੇਹ ਨਹੀਂ ਪਾਉਂਦਾ, ਉਹਨਾਂ ਨੂੰ ਕੋਈ ਪਾਣੀ ਨਹੀਂ ਦਿੰਦਾ, ਉਹਨਾਂ ਦੀ ਕੋਈ ਸੰਭਾਲ ਅਤੇ ਦਵਾਈਆਂ, ਉਹ ਫਿਰ ਵੀ ਖੁਸ਼ ਪ੍ਰਸੰਨ ਰਹਿ ਰਹੇ ਕਿਉਂਕਿ ਉਹ ਨਿਰੰਕਾਰ 'ਤੇ ਉਹਦੀ ਰਹਿਮਤ 'ਤੇ ਨਿਰਭਰ ਰਹੇ। ਅਤੇ ਗੁਰੂ ਕਹਿੰਦੇ ਨੇ ਬਸ ਜਿਹਨੇ ਦਰਵੇਸ਼ ਹੋਣਾ ਹੈ ਉਹਦੇ ਲਈ ਵੀ ਉਹ ਸ਼ਰਤ ਹੈ ਕਿ ਉਹ ਇੱਕ ਨਿਰੰਕਾਰ 'ਤੇ ਨਿਰਭਰ ਹੋਵੇ, ਆਪਣੇ ਦਿਲ ਦੀਆਂ ਇੱਛਾਵਾਂ ਅਤੇ ਉਹਨਾਂ ਇੱਛਾਵਾਂ ਦੇ ਕਾਰਨ ਲੋਕਾਂ ਦਾ ਗੁਲਾਮ ਹੋਣਾ ਛੱਡ ਦੇਵੇ। ਦਰਵੇਸ਼ੀ ਸਿਖਾ ਰਹੇ ਕਹਿੰਦੇ ਨੇ ਰਹਿਣ ਦਾ ਸੁਭਾਅ ਜਿਹੜਾ ਹੈ ਰੱਬੀ ਦਰਗਾਹ ਵਿੱਚ ਉਹੋ ਹੀ ਕਬੂਲ ਹੁੰਦਾ, ਉਹੋ ਹੀ ਕਬੂਲ ਹੁੰਦਾ। ਤੇ ਜੇ ਤੂੰ
अपनी मर्जी का जीवन जिएगा फिर हर एक कर्म का तैनू हिसाब देना पड़ेगा। और दुनिया के मनुख दुनिया के कर्म वेख के ये भुल ना जाए कि रब हिसाब मंगेगा। कोई हिसाब मंगन वाला है पर उनके कोलो जड़ा अपनी मर्जी वरतना है जिंदी अपनी मर्जी अपने कर्म कोई नहीं जो तू करे करावे स्वामी साम असरत परवान है उनके कोलो कदा लेखा मंगेगा। उन्हें तो आपे कुछ किया ही नहीं। कहने लगे हुक्म रजाई साक्षी दरगे सच कबूल साहिब लेखा मंगसी दुनिया देखना भूल जी। इस लेखे दे चक्कर विचों किवें निकला दरवेश हो जा अपनी दिल की सोच अपने दिल की चाहत छड़ दे। ये नहीं कि लंबे चोले वाला ही दरवेश होता है। ये नहीं कि गोल पग वाला ही दरवेश होता है। ये नहीं कि वड्डे डेरे वाला ही दरवेश होता है। जिहड़ा रब्बी रहमत ते निर्भर हो जाए उनके हुक्म विच जीवना जी सिख लै वह दरवेश है। भावें कितने बैठा है व्यापार नहीं करता है परिवार में बैठा है दुनियादार है पर वो दरवेश है क्योंकि रब्बी रहमत से निर्भर हो गया। जो तू दे सोई हो खाओ दरवेश है। जो तू दे सोई हो खाओ ब्याह दर ना ही कह दर दू मैनू तो होर को दर दिसदा ही नहीं मैं कितने जावा वो दरवेश है जी। ये किवें हो गई लो इस गल नूं समझदे दिल अंदर तो बड़िया इच्छावां मनुख दे हैं ते दिन रात पैदा हो रही हैं। कहन लगे दरवेश बनन लई सब तो पहला तैनू दिल दी पहरेदारी करनी पैगी। लो दरबान किनू कहंदे ने पहरेदार किसी दे दर ते खलोता होया पहरेदार आपां की कहने दरबान है पहरेदार खलोता है। ते पहरेदार का मतलब की होंदा है कोई हर कोई अंदर ना आ वड़े पहरेदार खलोता है। अंदर दौलत है अंदर अमीरी है अंदर बादशाह बैठा है जेड़ा मर्जी अंदर तुर आवे। एक ख्याल करे अमीरां दे दरवाजे ते पहरेदार होंदे ने गरीबां दे नहीं होंदे। जिन्हें अंदर ही कुछ ने उन्होंने पहरेदार भी की लोड़ है। कभी देखा है किसी गरीब की कखां की कुली कई बार खिड़क भी नहीं होंगे दरबार तक कि रह गए खिड़क भी नहीं। दर के दरबार उत्थे ही होंगे ने जिथे दौलत है। कहने लगे वह भरिया तेरे अंदर बड़ी वड्डी दौलत है। क्यों किवें अंदर तो रब बैठा दिल में बैठा ही रब है। दिल में खोज दिलो दिल खोजो यही ठोर मुकाम रब तेरे अंदर बैठा है बादशाह तेरे अंदर बैठा है। ते तू जिस दिल में रब बैठा है प्रभु बैठा है उसका दरबार ही कोई नहीं है। कि अजीब गल है उनकी पहरेदारी कोई नहीं। चोर भी अंदर तुरे आते हैं काम टोर लो अहंकार भी अंदर अंदर रब बैठा है। कि अजीब गल है कैसा ख्याल देता है। कहता अंदर बैठा हो रब ते अंदर बैठे होने प्रभु दे गुण ते फिर बाहरों मन मर्जी दिया संसार दिया हुजतां अंदर प्रवेश कर जान इंदा मतलब तू अपने दिल दी दरवानी नहीं कर सकिया पहरेदारी नहीं कर सकिया। ते जे पहरेदारी करे फिर तेरे इस दिल दे अंदर दुनिया संसार दे कुकर्म जड़े ने वो नहीं प्रवेश कर सकेंगे। कहते ने मैं देखता की हाँ गुरबाणी अंदर जो आपने हर गल कहने लगे दिल में जानो सब फिलहाल। फिलहाल का क्या मतलब होंगे जो चीज हूं हो अगले पल ना हो फिलहाल है। कहने लगे संसार जिन्ना है दुनिया के पदार्थ जिन्ने ने वो हमेशा नाल निभण वाले नहीं वो हैं पता नहीं अगले पल मेरे को होने के नहीं होने वो फिलहाल ने। फिलहाल के एक लफज दुनिया के सारे पदार्थ आ जाते हैं।
दुनिया के सारे सुख आ जाते क्योंकि अगले पल पता नहीं ये सुख होने ने कि नहीं होने। कह लगे तू तो अंदर सारे वो पदार्थ ते वो सुख वाली बैठा है जेडे है नहीं फिलहाल हूं है ना अगले पल है नहीं नाशवंत है। दिल में जानो सब फिलहाल सारा फिलहाल ही अंदर चवाड़िया ते जेड़ा आर सच जवाब सच है वो अंदर बैठा है उनकी कोई दुर्बनी नहीं बारो फिलहाल आई जाता अंदर प्रवेश करी जाता है। कह लगे इसलिए मैं तेनू एक गल समझाना चाहना जे उस पासे देखेगा तो तेनू याद होवे ख्याल करी कि जे मालिक दे हुक्म विच नहीं चलेगा तो साहिब लिखा मकस दिल दी विचार दे अधीन जो काम करेगा उन तां लेखा देना पड़ेगा। जे दरवेश बनेगा दिल दे विचार छड़ेगा तां विचार एक निरंकार नाल जुड़न नाल तेरा लेखा भी खत्म हो जाएगा एक पासे रह जाएगा। क्यों कह दिता इस मुहब्बत नानी कहा एक करते नाल जल जुड़न तू जुड़ जाएगा कौन दे नाल प्रीत करेगा लेखा करते पास लेखा एक पासे रह जाएगा फिर लेखा नहीं होगा सब कुछ पास हो जाएगा। पर इनके लिए एक शर्त होगी कि दरवेश बनने लिए तेनों दिल की दुर्बानी करनी पड़ेगी। दिल एक ऐसा घर है जिंदे विच रब्बी गुण रहते हैं परमात्मा रहता है ते तू इनकी दुर्बानी नहीं कर रहा पहरेदारी नहीं कर रहा। नतीजा यह है कि उस दिल विच जिथे रब रहिंदा सी उत्थे रस आ गुरु ने बाणी में क्यों कह दिता रस सोयना रस रूपा कमन रस परमल की वास रस घोड़े रस सेजा मंदर रस मीठा रस वास एते रस शरीर के कह घट नाम निवास। जिसके अंदर इन्ने रस बैठे हो निकलन ते नाम अंदर आवे कहां आवे। बल्कि एक थां ते बड़ी खूबसूरत गल होर मेरे सामने आ गई मैं साझी कर जाऊं। बाबा फरीद ने आखिया कहन लगे फरीदा दरवेशी गाखड़ी कहन लगे दरवेशी जड़ी है बड़ी औखी है बड़ी औखी ते जेड़े आप दरवेश बड़े फिरदे ने इन्हां बारे की कहोगे। अगली अद्धी लाइन विच इक लफ्ज़ वरत्या ने उन्हूं जरा समझना फरीदा दरवेशी गाखड़ी चौपड़ी प्रीत लो आ गल समझना चौपड़ी प्रीत रोटी पकाने के दो ढंग ने बनाने एक दे अंदर क्या हो पैंदा है ਘਿਓ ਵਿੱਚ ਆਟਾ ਗੁੰਨ ਲੈਂਦੇ ਨੇ ਉਹਨੂੰ ਪਰੌਂਠਾ ਵੀ ਆਖਦੇ ਨੇ ਪਰ ਕਈ ਲੋਕ ਆਖਦੇ ਨੇ ਉੱਪਰ ਘਿਓ ਨਾ ਲਾਇਓ ਚੋਪੜੇ ਹੋਣਾ ਕਿਉਂ ਕਿਉਂਕਿ ਅੰਦਰ ਦਾ ਘਿਓ ਦਿਸਦਾ ਨਹੀਂ ਬਾਹਰ ਦਾ ਘਿਓ ਦਿਸਦਾ ਚੋਪੜਨ ਦਾ ਮਤਲਬ ਹੈ ਬਾਹਰ ਨੂੰ ਚਮਕ ਦਿਖਾਉਣੀ ਵੀ ਰੋਟੀ ਚੋਪੜੀ ਹੋਈ ਹੈ। ਕਹਿਣ ਲੱਗੇ ਤੂੰ ਪ੍ਰੀਤ ਵੀ ਰੱਬ ਨਾਲ ਕਰਨਾ ਚੋਪੜੀ ਹੋਈ ਦੁਨੀਆਂ ਦੇ ਦਿਖਾਵੇ ਦੀ ਰੱਬ ਨਾਲ ਪ੍ਰੀਤ ਵੀ ਚੋਪੜੀ ਹੋਈ ਦੁਨੀਆਂ ਨੂੰ ਦੱਸੇ ਮੈਂ ਪ੍ਰੀਤ ਕਰਨਾ ਲਾਊਡ ਸਪੀਕਰ ਲਾ ਲਵਾਂ ਟੀ ਵੀ ਚੈਨਲ ਖਰੀਦ ਲਵਾਂ ਉਹਦੇ 'ਚ ਵਾਹਿਗੁਰੂ 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 2 ਘੰਟੇ ਕਰਾਂ ਲੋਕ ਸਮਝਣ ਲੋਕ ਵੇਖਣ ਸੁਣਨ ਵੀ ਇਹਦੀ ਰੱਬ ਨਾਲ ਬੜੀ ਪ੍ਰੀਤ ਹੈ। ਹੁਣ ਉਹ ਦਿਖਾਵੇ ਦੀ ਗੱਲ ਰੱਬ ਨੂੰ ਪ੍ਰਵਾਨ ਨਹੀਂ ਰੱਬ ਨੇ ਤੈਨੂੰ ਇੰਨਾ ਕੁਝ ਦਿੱਤਾ ਉਹਨੇ ਤੈਨੂੰ ਦਿਖਾ ਕੇ ਦਿੱਤਾ ਕਿਸੇ ਨੂੰ ਆਖਿਆ ਸੁਭਾਅ ਵੇਖ ਲਓ ਮੈਨੂੰ ਆ ਦੇ ਰਹੇ ਰੱਬ ਨੂੰ ਤਾਂ ਛੁੱਪ ਕੇ ਦੇਣ ਦੀ ਆਦਤ ਹੈ ਉਹਨੇ ਤਾਂ ਕਦੀ ਦਿਖਾਵਾ ਕੀਤਾ ਨਹੀਂ ਉਹ ਚੋਪੜੀ ਪ੍ਰੀਤ ਵਾਲਾ ਨਹੀਂ ਉਹ ਦਿਖਾਵੇ ਕਰਕੇ ਤੈਨੂੰ ਦੇਣ ਲੱਗੇ ਤੈਨੂੰ ਹਿਸਾਬ ਦੇਣਾ ਹੀ ਔਖਾ ਹੋ ਜਾਏ ਉਹ ਤੇ ਹਰ
हर चीज तेनू दे रहा है पर दे रहा है छुप के। बिल्कुल सारी गल उन्हें पर्दे विच रखी हुई है पर तू जो उन्दे लई करन दी गल करना है वो सारी दिखा के पता लगे कि इन्हें खंड पाठ कराया बात पता लगे इन्हें तादान कीता है पता लगे सवेरे उठ के दो घंटे इन्हें नाम जपया है चोपड़ी प्रीत एक लफ्ज़ नूं मैं हैरान होया लफ्ज़ चोपड़ी प्रीत क्यों वरतिया ने भाव चोपड़ी का मतलब है जिंदा के हो उत्ते दिसे चमक उत्ते दिसे कहन लगे चोपड़ी प्रीत पर जे तू मालिक दे दर ते प्रवान होना है तो फिर दिल दी द्रवणी कर इत्थे अंदरों दरवेश हो चोपड़ी प्रीत नाल प्रभु नाल सांझ नहीं बननी सतगुरु के लिए ਦਰਵੇਸ਼ ਹੋਈਦਾ
ਇਹਨਾਂ ਸ਼ਬਦਾਂ ਨਾਲ ਕਿਵੇਂ ਦਾ ਜਾ ਚੱਕਾਂ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।